ਹਾਈ ਬੋਸ ਆਫ एवरीवन ਕਿਵੇਂ ਤੁਸੀਂ ਸਾਰੇ ਸੋ ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਪਲੱਸ 2 ਵਾਲੇ ਜਿਹੜੇ 2023 ਦਾ ਰਿਜ਼ਲਟ ਹੈ ਉਹਦੇ ਟੌਪਰ ਲਿਸਟ ਆ ਚੁੱਕੀ ਹੈ ਸੋ ਬੱਚੇ ਹੋਇਆ ਇਦਾਂ ਕਿ ਮੈਂ ਤੁਹਾਡੇ ਪ੍ਰੈਕਟੀਕਲ ਦੇ ਨੰਬਰ ਜਿਹੜੇ ਆਫੀਸ਼ੀਅਲ ਵੈਬਸਾਈਟ ਤੇ ਅਪਲੋਡ ਕਰ ਰਹੇ ਸੀ ਇੰਨੇ ਨੂੰ ਇੱਕ ਬੱਚੇ ਦਾ ਕਮੈਂਟ ਆਇਆ ਕਿ ਸਰ ਗੂਗਲ ਤੇ ਟੌਪਰ ਲਿਸਟ 2023 ਆ ਚੁੱਕੀ ਹੈ ਕੀ ਇਹ ਸਹੀ ਹੈ ਮੈਂ ਕਿਹਾ ਇਦਾਂ ਵੀ ਹੋ ਗਿਆ ਸੋ ਹਲੇ ਤਾਂ ਪ੍ਰੈਕਟੀਕਲ ਦੇ ਨੰਬਰ ਵੀ ਅਪਲੋਡ ਕਰ ਰਹੇ ਹਾਂ ਹਲੇ ਅਸੀਂ ਤੇ ਲਿਸਟ ਕਿੱਥੋਂ ਆ ਗਈ ਸੋ ਅਸੀਂ ਚੈੱਕ ਕੀਤਾ ਕਿ ਇਹ ਸਹੀ ਹੈ ਜਾਂ ਗਲਤ ਹੈ ਸੋ ਵੈਰੀਫਾਈ ਕਰਨ ਲਈ ਮੈਂ ਫਟਾਫਟ PSEB 12th ਰਿਜ਼ਲਟ 2023 ਲੈ ਕੇ ਸਰਚ ਮਾਰਿਆ Google ਤੇ ਕਿ ਸੱਚੀ ਆ ਗਿਆ ਟਾਪਰ ਲਿਸਟ ਸੋ ਚੈੱਕ ਕਰਨ ਲਈ ਸਰਚ ਮਾਰਿਆ ਤਾਂ ਸਾਡੇ ਸਾਹਮਣੇ ਇਦਾਂ ਦਾ ਆਇਆ ਜੋ ਕਿ ਪੁਰਾਣੀ ਸੀਗਾ ਇਹਦੇ ਵਿੱਚ ਕੁਝ ਨਵਾਂ ਨਹੀਂ ਸੀ ਇਸ ਕਰਕੇ ਮੈਂ ਸਿੱਧੇ ਟਾਪਰ ਲਿਸਟ ਲਿਖਿਆ ਸੋ ਟਾਪਰ ਲਿਖਿਆ ਤਾਂ ਮੈਂ ਦੇਖ ਕੇ ਹੈਰਾਨ ਰਹਿ ਗਿਆ ਕਿ PSEB 12th ਟਾਪਰ ਲਿਸਟ 2023 ਆ ਚੁੱਕੀ ਹੈ ਮੈਂ ਕਿਹਾ ਸੀਰੀਅਸਲੀ ਆ ਗਈ ਹੈ ਸੋ ਇਹਨੂੰ ਵੈਰੀਫਾਈ ਕਰਨ ਲਈ ਮੈਂ ਇਹਨਾਂ ਦੀ ਵੈਬਸਾਈਟ ਤੇ ਗਿਆ ਠੀਕ ਹੈ ਸੋ ਵੈਬਸਾਈਟ ਤੇ ਜੋ ਚੈੱਕ ਕੀਤਾ ਦੇਖੋ ਵੈਬਸਾਈਟ ਚੈੱਕ ਕਰਦੇ ਹਾਂ ਕਿ ਉਹਨਾਂ ਨੇ ਸੱਚੀ ਪਾਈ ਆ कि ओरिजिनल है जहाँ फेक है चेक कर दे सो so, देखो उन्होंने की लिखा है कि पी एस लास्ट वीक ऑफ मे देखो इन्होंने खुद ही लिखा है कि पी एस सी बी आएगी लास्ट वीक ऑफ मे ठीक है उस तो बाद आगे गए आगे की लिखा है पी एस सी बी रिजल्ट दो हज़ार तेई हाईलाइट्स इन्हों ने पाए हुए हैं टेबल ऑफ कंटेंट पाए है ये कुछ भी है नहीं कुछ भी है नहीं कि ने आर्टल लिखी से वाली सो हाउ टू चेक पता ही है कि चेक करना है चेक करना है तो ऑफिशियल वैबसाइट पर जाके चेक कर सदा ठीक है होर कि भी चैक नहीं करना है ਠੀਕ ਹੈ ਉਹ ਤੁਹਾਨੂੰ ਪਤਾ ਲੱਗੀ ਜਾਣਾ ਹੈ ਉਹ ਮੈਂ ਦੱਸ ਦੂੰਗਾ ਕਿੱਦਾਂ ਚੈੱਕ ਕਰਨਾ ਹੈ ਉਸ ਤੋਂ ਬਾਅਦ ਦੇਖੋ ਇਹਨਾਂ ਨੇ ਜਿਹੜੀ ਮੈਰਿਟ ਲਿਸਟ ਪਾਈ ਆ ਦੇਖਦੇ ਆ ਆ ਦੇਖੋ ਮੈਰਿਟ ਲਿਸਟ ਵਿੱਚ ਹੈਗੀ ਆ ਪੰਜਾਬ 2022 ਦੀ ਪਾਈ ਇਹਨਾਂ ਨੇ ਉਸ ਤੋਂ ਬਾਅਦ ਫਿਰ 2022 ਦੀ ਆ ਡਿਸਟ੍ਰਿਕਟ ਵਾਈਜ਼ ਉਸ ਤੋਂ ਬਾਅਦ ਆ ਦੇਖੋ ਪੀਐਸਬੀ 12th ਟਾਪਰ ਲਿਸਟ 2023 ਇਹ ਪਾਈ ਹੋਈ ਹੈ ਇਹਨਾਂ ਨੇ ਠੀਕ ਹੈ ਇਹੀ ਉੱਤੇ ਸ਼ੋ ਹੋ ਰਿਹਾ ਹੈ ਬਸ ਜਦ ਕਿ ਦੇਖੋ ਬੱਚਾ ਉਹਨਾਂ ਨੇ ਕੀ ਲਿਖਿਆ ਪੰਜਾਬ ਬੋਰਡ ਵਿਲ ਬੀ ਰਿਲੀਜ਼ ਦਾ ਪੀਐਸਬੀ 12th topper 2023 after the declaration of result allele result hi declaration nahi hoya hai nan list kithon pa sakde hai so ye bilkul hi fake hai theek hai inate bilkul bhi nahi jana tusi ye pura to pura fake unhone website banaya hun tonu main sach dass reha ki ye websites jede hunde na ye real vich google vich har ek cheez sahi nahi hunda bachon theek hai jimme tusi youtube te dekhde na youtube te jinne bhi video hai ਆਲਮੋਸਟ ਸਾਰੇ ਵੀਡੀਓ ਵਿੱਚ ਕੁਝ ਵੀਡੀਓ ਸਹੀ ਹੁੰਦੇ ਆ ਕਿਉਂਕਿ ਉਹ ਵੀ ਸਾਡੇ ਵਰਗੇ ਨਹੀਂ ਪਾਏ ਹੁੰਦੇ ਆ ਜੋ ਕਿ ਫੇਕ ਇਨਫੋਰਮੇਸ਼ਨ ਹੁੰਦੇ ਆ ਕਈ ਤੁਹਾਨੂੰ ਸੱਚੀ ਇਨਫੋਰਮੇਸ਼ਨ ਦਿੰਦੇ ਆ ਇਸੇ ਤਰ੍ਹਾਂ ਗੂਗਲ ਤੇ ਵੀ ਜਿੰਨੇ ਤੁਸੀਂ ਵੈਬਸਾਈਟ ਦੇਖ ਰਹੇ ਹੋ ਹਰੇਕ ਵੈਬਸਾਈਟ ਟਰਸਟਡ ਨਹੀਂ ਹੁੰਦੇ ਆ ਸਾਰੇ ਬਸ ਵਿਊਜ਼ ਲੈਣ ਲਈ ਠੀਕ ਹੈ ਤੁਹਾਡੇ ਨਾਲ ਇਦਾਂ ਕਰਦੇ ਆ ਪਤਾ ਲੱਗ ਗਿਆ ਗੂਗਲ ਤੇ ਵੀ ਸੇਮ ਪ੍ਰੋਸੈਸ ਚੱਲਦਾ ਜਿਦਾਂ YouTube ਤੇ YouTube ਸਮਝ ਲਓ ਇੱਕ ਸਰਚ ਇੰਜਨ ਤੇ ਨਹੀਂ ਆ ਪਰ ਗੂਗਲ ਇੱਡਾ ਵੱਡਾ ਸਰਚ ਇੰਜਨ ਹੈ ਉਥੇ ਦੱਸੋ ਕੀ ਹੁੰਦਾ ਹੋਣਾ ਹੈ ਤੋ ਇਸ ਨੂੰ ਚੈੱਕ ਕਰਨ ਲਈ ਅਸੀਂ ਸੈਕੰਡ ਵੈਬਸਾਈਟ ਖੋਲੀ ਠੀਕ ਹੈ ਸੈਕੰਡ ਵੈਬਸਾਈਟ ਤੇ ਦੇਖੋ ਅਸੀਂ ਦੋ ਸੋਚਿਆ ਕਿ ਇੱਕ ਵੈਬਸਾਈਟ ਨਹੀਂ ਦੋ ਵੈਬਸਾਈਟ ਵੈਰੀਫਾਈ ਕਰ ਲੈਣੇ ਜਿਹੜੇ ਕਿ ਟਾਪ 2 ਤੇ ਆ ਰਹੇ ਆ ਫਰੰਟ ਤੇ ਇਹਦੇ ਵਿੱਚ ਦੇਖੋ ਇਹਨਾਂ ਨੇ ਜਿਹੜੀ ਲਿਸਟ ਪਾਈ ਆ ਇਹ 2000 ਕਦੋਂ ਦੀ ਹੈ 22 ਦੀ ਹੈ ਠੀਕ ਹੈ 2022 ਦੀ ਹੀ ਟਾਪਰ ਲਿਸਟ ਪਾ ਕੇ ਇਹਨਾਂ ਨੇ 2023 ਦੀ ਦੱਸ ਦਿੱਤੀ ਹੈ ਠੀਕ ਹੈ ਬਾਕੀ ਜਿਹੜਾ ਤੁਹਾਨੂੰ ਫਰੰਟ ਤੇ ਦਿਖ ਰਿਹਾ ਸੀ ਉਹ ਤਾਂ ਬਿਲਕੁਲੀ ਫੇਕ ਆ ਉਹ ਤਾਂ ਉਹਨਾਂ ਨੇ ਆਪਣੇ ਵੱਲੋਂ ਬਣਾਇਆ ਹੋਇਆ ਹੈ ਵੈਬਸਾਈਟ ਸਾਰੇ ਸਹੀ ਨਹੀਂ ਹੁੰਦੇ ਆ ਠੀਕ ਹੈ ਆ ਦੇਖੋ ਇੱਥੇ ਵੀ ਉਹਨਾਂ ਨੇ ਕੀ ਲਿਖਿਆ ਹੋਇਆ ਹੈ ਇਹ ਕਦੋਂ ਆਣਾ ਰਿਜ਼ਲਟ ਦੇਖੋ ਲਾਸਟ ਵੀਕ ਆਫ ਮੇ ਇੱਕ ਮਿੰਟ ਇਹਨੂੰ ਕੱਟ ਦਿੰਨਾ ਹਾਂ ਦੇਖੋ ਇਹਨਾਂ ਨੇ ਖੁਦ ਹੀ ਆਪਣੀ ਵੈਬਸਾਈਟ ਤੇ ਲਿਖਿਆ ਲਾਸਟ ਵੀਕ ਆਫ ਮੇ ਯਾਨੀ ਫਰਸਟ ਵੀਕ ਆਫ ਜੂਨ ਠੀਕ ਹੈ ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਆ ਰਿਹਾ ਹਾਂ ਕਿ ਇਸ ਸਾਲ ਤੁਹਾਡੇ ਲਾਸਟ ਵੀਕ ਆਫ ਮੇ ਐਂਡ ਫਰਸਟ ਵੀਕ ਆਫ ਜੂਨ ਤਾਂ ਰਿਜ਼ਲਟ ਆਣਗੇ ਕਿਉਂਕਿ ਅਸੀਂ ਹਲੇ ਪ੍ਰੈਕਟੀਕਲ ਦੇ ਨੰਬਰ ਹੀ ਚੜਾ ਰਹੇ ਹਾਂ ਤਾਂ ਕਿਦਾਂ ਰਿਜ਼ਲਟ ਆ ਸਕਦਾ ਹੈ ਬੱਚੇ ਅਫੀਸ਼ੀਅਲ ਵੈਬਸਾਈਟ ਲਈ ਜਸ ਤੁਸੀਂ ਪੀਏਸੀਬੀ ਲੈ ਕੇ ਸਰਚ ਕਰੋ ਤੁਹਾਡੇ ਸਾਹਮਣੇ ਪਹਿਲੇ ਨੰਬਰ ਤੇ ਜਿਹੜਾ ਵੈਬਸਾਈਟ ਹੈ ਉਹੀ ਅਫੀਸ਼ੀਅਲ ਵੈਬਸਾਈਟ ਹੈ ਉਹੀ ਤੁਹਾਨੂੰ ਰੀਅਲ ਰਿਜ਼ਲਟ ਦੇ ਸਕਦੀ ਹੈ ਠੀਕ ਹੈ ਇਸ ਤੋਂ ਇਲਾਵਾ ਹੋਰ ਕਿਸੇ ਵੈਬਸਾਈਟ ਤੇ ਬਿਲਕੁਲ ਯਕੀਨੀ ਨੀ ਕਰਨਾ ਠੀਕ ਹੈ ਇੱਥੇ ਜਦੋਂ ਤੁਸੀਂ ਜਾਓਗੇ ਆ ਲੇਟੈਸਟ ਇਨਫੋਰਮੇਸ਼ਨ ਵਿੱਚ ਤੁਹਾਨੂੰ ਇਨਫੋਰਮੇਸ਼ਨ ਦਿੱਤਾ ਹੋਣਾ ਜਾਂ ਤੇ ਇੱਥੇ ਦੇਖੋ ਉੱਪਰ ਹੀ ਤੁਹਾਨੂੰ ਰਿਜ਼ਲਟ ਲਿਖਿਆ ਹੋਇਆ ਹੈ ਰਿਜ਼ਲਟ ਤੇ ਜਦੋਂ ਤੁਸੀਂ ਕਲਿੱਕ ਕਰਦੇ ਆ ਤੁਹਾਡੇ ਸਾਹਮਣੇ ਆਪਣੇ ਆਪ ਹੀ ਰਿਜ਼ਲਟ ਖੁੱਲ ਕੇ ਆ ਜਾਣਾ ਹੈ ਠੀਕ ਹੈ ਸੋ ਇੱਥੇ ਤੁਹਾਨੂੰ ਸਾਰਾ ਡਾਟਾ ਮਿਲਿਆ ਹੋਇਆ ਹੈ ਅਫੀਸ਼ੀਅਲ ਵੈਬਸਾਈਟ ਹੈ ਹੋਰ ਕਿਤੇ ਤੁਸੀਂ ਨਹੀਂ ਜਾਣਾ ਹੈ ਇੱਥੇ ਕਲਿੱਕ ਕਰੋਗੇ ਕਲਿੱਕ ਹੇਅਰ ਰਿਜ਼ਲਟ ਤੇ ਤੇ ਤੁਹਾਡੇ ਸਾਹਮਣੇ ਰਿਜ਼ਲਟ ਵਾਲਾ ਬਾਕਸ ਖੁੱਲ ਜਾਣਾ ਜਿੱਥੇ ਤੁਹਾਨੂੰ ਲਿਖਿਆ ਹੋਣਾ ਹੈ ਕਿ ਰਿਜ਼ਲਟ ਆਇਆ ਕਿ ਨਹੀਂ ਆਇਆ